ये एक मैजिक है, ये हर किसी को नहीं बता सकते ना। अच्छा मैजिक जादू। हाँ पर इस जादू दे विच कुछ तो छुपिया होगा। हाँ चीजें छुपी हुई है काफी। सफाई है। हाँ जी कलाकार। कितने घंटे तक बैठ रहे हैं? 3 घंटे प्रॉपर। कितने घंटे से बैठे? 3 घंटे हो गए सर। 3 घंटे? 3 घंटे तो ऐसे ही बैठे रहोगे? भुखा नहीं होता? घर के बगल वाला ले गया। अरे ये क्या बैठे हो, प्रॉब्लम नहीं आती? डिफिकल्टी होता? ये स्ट्रक्चर अंदर क्या लगा? कुछ नहीं लगा है। ये बता नहीं रे, मैजिक है, दूर से लग रहा है, पर मैजिक का थोड़ा दिखा, बताओ तो सही क्या है? क्या बता नहीं सकते हैं? बता नहीं सकते हैं। कितने कितने घंटे बैठते हो ऐसे? 3-3, 4-4 घंटे। ਲੁਧਿਆਣਾ ਦੇ ਵਿੱਚ ਇੱਕ ਐਗਜੀਬਿਸ਼ਨ ਹੋ ਰਹੀ ਹੈ, ਉਸ ਐਗਜੀਬਿਸ਼ਨ ਦੇ ਵਿੱਚ ਕੁਝ ਅਨੋਖੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗਾ। ਇਹ ਮੇਰੇ ਪਿੱਛੇ ਇੱਕ ਅਨੋਖੀ ਤਸਵੀਰ ਹੈ, ਇਹ ਤੁਸੀਂ ਸਾਈਕਲ ਦੇਖ ਰਹੇ ਹੋ, ਸਾਈਕਲ ਦੇ ਉੱਤੇ ਬੰਦਾ ਬੈਠਾ ਔਰ ਥੱਲੇ ਉਸ ਬੰਦੇ ਨੇ ਉਸ ਇੱਕ ਪਾਈਪ ਦੇ ਜ਼ਰੀਏ ਸਾਈਕਲ ਨੂੰ ਫੜਿਆ ਹੋਇਆ, ਔਰ ਕਿਵੇਂ ਇਹ ਕਰਤੱਵ ਦੋਹੇ ਨੌਜਵਾਨ ਦਿਖਾ ਰਹੇ ਨੇ, ਕਿਉਂਕਿ ਉਸ ਦੇ ਥੱਲੇ ਕੋਈ ਵੀ ਸਪੋਰਟ ਤੁਹਾਨੂੰ ਲੱਗੇਗੀ ਨਹੀਂ ਕੈਮਰੇ 'ਚ, ਪਰ ਬੜੀ ਸਫਾਈ ਦੇ ਨਾਲ ਇਹ ਸਪੋਰਟ ਦਿੱਤੀ ਜ਼ਰੂਰ ਹੈਗੀ ਹੈ, ਪਰ ਬੜੀ ਸਫਾਈ ਦੇ ਨਾਲ ਇਹ ਜਿਹੜੀ ਐਗਜੀਬਿਸ਼ਨ ਦੇ ਵਿੱਚ ਝਾਕੀ ਵੇਖਣ ਨੂੰ ਮਿਲ ਰਹੀ ਹੈ, ਔਰ ਇੱਕ ਸਾਈਕਲ ਹਵਾ ਦੇ ਵਿੱਚ ਲਟਕ ਰਿਹਾ ਪਾਈਪ ਦੇ ਜ਼ਰੀਏ, ਔਰ ਇੱਕ ਹੱਥ ਦੇ ਨਾਲ ਉਸ ਸਾਈਕਲ ਨੂੰ ਚੱਕਿਆ ਹੋਇਆ। ਅਗਰ ਅਸਲ ਤਸਵੀਰ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਵੇ ਤਾਂ ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਇਹ ਬਿਨਾਂ ਸਪੋਰਟ ਤੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ, ਕੋਈ ਥੱਲੇ ਕੋਈ ਕੁਰਸੀ ਨਹੀਂ, ਕੋਈ ਕੁਛ ਵੀ ਨਹੀਂ ਦਿਖ ਰਿਹਾ ਥੱਲੇ, ਔਰ ਇਹ ਕੋਈ ਨਾ ਕੋਈ ਸਪੋਰਟ ਤਾਂ ਜ਼ਰੂਰ ਹੋਵੇਗੀ, ਪਰ ਬੜੀ ਸਫਾਈ ਦੇ ਨਾਲ ਇਹ ਕਰਤੱਵ ਇਹ ਦੋਹੇ ਨੌਜਵਾਨ ਦਿਖਾ ਰਹੇ ਨੇ, ਔਰ ਇਹ ਸਾਈਕਲ ਛੋਟਾ ਜਿਹਾ ਉਸ ਸਾਈਕਲ ਤੇ ਸਵਾਰ ਨੌਜਵਾਨ ਇੱਕ ਪਾਈਪ ਫੜੀ ਹੋਈ ਹੈ, ਔਰ ਪਾਈਪ ਇਸ ਤਰੀਕੇ ਦੇ ਨਾਲ ਫੜੀ ਹੋਈ ਹੈ ਕਿ ਇਹ ਲੱਗਦਾ ਕਿ ਪੂਰਾ ਨੌਜਵਾਨ ਜ਼ੋਰ ਦਿਖਾ ਰਿਹਾ ਵੀ ਇਹ ਸਾਈਕਲ ਮੈਂ ਇੱਕ ਹੱਥ ਦੇ ਨਾਲ ਚੱਕਤੀ ਬਿਨਾਂ ਬੈਠੇ। ਇਹ ਕੈਸੇ ਕਰ ਲੇਤੇ ਹੋ, ਕਿਆ ਰਾਜ ਹੈ ਇਸਕਾ? ਸਰ ਕੁਛ ਵੀ ਰਾਜ ਨਹੀਂ ਹੈ। ਕਿਤਨੇ ਸਾਲੋਂ ਸੇ ਕਰ ਰਹੇ ਹੈਂ? 1 ਸਾਲ ਹੋ ਗਏ ਸਰ। 1 ਸਾਲ? ਅੱਛਾ ਯੇ ਯਹਾਂ ਪੇ ਐਗਜ਼ੀਬਿਸ਼ਨ ਮੇ ਆਪ ਆਏ ਹੋ, ਕਹਾਂ ਕੇ ਰਹਿਣੇ ਵਾਲੇ ਹੋ ਵੈਸੇ? ਦਿੱਲੀ ਸੇ ਸਰ। ਦਿੱਲੀ ਸੇ? ਦਿੱਲੀ ਦੇ ਹੋ? ਅੱਛਾ ਹਰ ਐਗਜ਼ੀਬਿਸ਼ਨ ਮੇ ਐਸੇ ਕਰਤੱਵ ਦਿਖਾਤੇ ਹੋ? ਹਾਂ ਮੈਨੇ 5-6 ਵਾਰ ਕਰ ਰੱਖਾ ਸਰ। 5-6 ਵਾਰ ਕਰ ਰੱਖਾ ਹੈ। ਆਜ 5-6 ਵਾਰ ਕਰ ਰੱਖਾ ਸਰ ਮੈਨੇ। ਅੱਛਾ ਯੇ ਕੈਸਾ ਬਤਾਓਗੇ, ਥੋੜਾ ਦਰਸ਼ਕ ਵੀ ਸੁਣਨਾ ਚਾਹਤੇ ਹੈਂ, ਯੇ ਕੈਸੇ ਸਫਾਈ ਕੀਆ ਹੁਆ? ਸਰ ਯੇ ਥੋੜਾ ਜੋ ਆਪਨੇ ਬਤਾਇਆ ਥਾ ਪਾਈਪ ਸੈਟਅਪ ਰਹਤਾ ਹੈ ਉਸਪੇ ਬੈਠਣਾ ਪੜਤਾ ਹੈ, ਬੈਠਨੇ ਮੇ ਥੋੜਾ ਦਿੱਕਤ ਹੋਤਾ ਹੈ, ਤਬ ਵੀ ਕਰ ਲੇਤੇ ਹਮ। ਨੀਚੇ ਚੇਅਰ ਲਗੀ ਹੋਈ ਹੈ? ਹਾਂ ਐਸੀ ਸੇ ਐਸੀ ਰਹਤਾ ਹਾਂ। ਨੀ ਚੇਅਰ ਹੈ ਕਿ ਸਰੀਏ ਕੇ ਟਾਈਪ ਸੇ ਵਾਹ ਪੇ ਬੈਠੇ? ਨਹੀਂ ਨਹੀਂ, ਹਾਂ ਐਸੇ ਹੀ ਹੈ। ਅੱਛਾ ਕਿਤਨਾ ਪੈਸਾ ਮਿਲ ਜਾਤਾ ਹੈ? ਸਰ ਯੇ ਜੋ ਕਰਤੱਵ ਦਿਖਾ ਰਹੇ ਹੋ, ਐਗਜ਼ੀਬਿਸ਼ਨ ਮੇ ਜਾਤੇ ਹੋ, ਕਿਤਨਾ ਪੈਸਾ ਮਿਲ ਜਾਤਾ ਹੈ? ਸਰ ਯੇ ਤੋ ਨਹੀਂ ਬਤਾ ਸਕਤਾ ਮੈਂ। ਅੱਛਾ ਯੇ ਨਹੀਂ ਬਤਾਓਗੇ? ਡਿਫਿਕਲਟੀ ਹੋਤਾ, ਕਿਤਨੇ ਘੰਟੇ ਬੈਠਤੇ ਰਹੋ ਬੈਠੇ ਰਹੋਗੇ ਐਸੇ? 3 ਘੰਟੇ। ਕਿਤਨਾ? 3 ਘੰਟੇ ਸਰ। ਸੁਬਹ ਕਿਤਨੇ ਵਜੇ ਬੈਠੇ ਸੀ? ਸੁਬਹ ਟਾਈਮ ਨਹੀਂ ਦੇਖਾ ਥਾ ਸਰ। ਹਾਂ ਸੁਬਹ ਟਾਈਮ ਨਹੀਂ ਦੇਖਾ। 3-4 ਘੰਟੇ ਐਸੇ ਬੈਠੇ ਰਹੋਗੇ? ਹਾਂ ਐਸੇ। ਹਰ ਐਗਜ਼ੀਬਿਸ਼ਨ ਮੇ ਬੈਠਤੇ ਹੋ? ਹਾਂ ਸਰ। ਦਿੱਕਤ ਨਹੀਂ ਆਤੀ? ਨਹੀਂ ਦਿੱਕਤ ਥੋੜੀ ਬਹੁਤ ਆਤੀ, ਕਰ ਲੇਤੇ ਹੈਂ। ਯੇ ਜੋ ਪੂਰਾ ਮੇਕਅਪ ਕੀਆ ਹੁਆ ਹੈ, ਯੇ ਜੋ ਕਲਰ ਲਗਾਏ ਹੈ, ਯੇ ਕੈਮੀਕਲ ਸਕਿਨ ਕੋ ਖਰਾਬ ਨਹੀਂ ਕਰਦੇ? ਨੋ ਸਰ। ਹੈਂ? ਨੋ ਸਰ। ਨਹੀਂ ਕਰਦੇ? ਨਹੀਂ। ਸੋ ਇਹ ਮਿਹਨਤ ਹੈ, ਔਰ ਬੜੇ ਸਫਾਈ ਦੇ ਨਾਲ ਇਹ
ਹਾਰਡ ਵਰਕ ਮਿਹਨਤ ਕਰ ਰਹੇ ਨੇ ਔਰ ਉੱਪਰ ਨੌਜਵਾਨ ਸਾਈਕਲ ਤੇ ਸਵਾਰ ਹੈ, ਹਵਾ ਦੇ ਵਿੱਚ ਸਾਈਕਲ ਲਟਕ ਰਹੀ ਹੈ, ਇੱਕ ਪਾਈਪ ਹੱਥ 'ਚ ਫੜਿਆ ਔਰ ਥੱਲੇ ਕੋਈ ਸਪੋਰਟ ਨਹੀਂ ਹੈ। ਮੈਂ ਬਾਰ ਬਾਰ ਹੱਥ ਹਿਲਾ ਕੇ ਕਹਿ ਰਿਹਾ ਕਿ ਚਾਹੇ ਥੱਲੇ ਕੋਈ ਸਪੋਰਟ ਨਜ਼ਰ ਨਹੀਂ ਆਉਂਦੀ ਵੀ, ਪਰ ਬੜੀ ਸਫਾਈ ਦੇ ਨਾਲ ਇਹ ਨੌਜਵਾਨ ਬੈਠਾ ਔਰ ਥੱਲੇ ਪਾਈਪਾਂ ਟਾਈਪ ਕੋਈ ਜਾਲ ਮੈਨੂੰ ਲੱਗਦਾ ਵਿਛਾਇਆ ਹੋਵੇਗਾ। ਅਰੇ ਉੱਪਰ ਕਿਤਨੇ ਘੰਟੇ ਸੇ ਬੈਠੇ ਹੋ? ਤੀਨ ਘੰਟੇ ਸੇ। ਕਿਤਨੀ ਦੇਰ ਹੋਰ ਬੈਠੋਗੇ? ਆਧੇ ਘੰਟੇ। ਹਰ ਐਗਜ਼ੀਬਿਸ਼ਨ ਮੇ ਐਸੇ ਹੀ ਦਿਖਾਤੇ ਹੋ, ਕਰਤਾ ਹੂੰ। ਅੱਛਾ, ਇਸਕੋ ਕਿਆ ਕਹਤੇ ਹੈ, ਯੇ ਬਣਾ ਹੁਆ ਹੈ, ਕਹਾਂ ਸੇ ਸਿੱਖਾ ਯੇ? ਅਕੈਡਮੀ ਸੇ। ਐਡ ਇਸ ਮੇ ਸੇ? ਅਕੈਡਮੀ ਸੇ, ਅਕੈਡਮੀ। ਅੱਛਾ, ਡਾਂਸ ਅਕੈਡਮੀ ਸੇ। ਯੇ ਕਹਾਂ ਸੇ ਸਿੱਖਾ ਵੀ ਐਸਾ ਕਰਨਾ ਹੈ? ਸਰ ਯੇ ਤੋ ਹਮਾਰੇ ਵੋ ਹੈਡ ਕੋ ਪਤਾ ਹੈ। ਅੱਛਾ। ਹਮ ਤੋ ਐਸੇ ਕਾਮ ਮੇ ਲਗੇ ਥੇ, ਹਮੇ ਨਹੀਂ ਪਤਾ ਯੇ ਤੋ। ਚਲੋ, ਇਹ ਇਹ ਇੱਕ ਤਸਵੀਰ ਨਹੀਂ ਹੈ, ਇੱਕ ਮੈਂ ਹੋਰ ਤਸਵੀਰ ਇਹੋ ਜਿਹੀ ਦਿਖਾਵਾਂਗਾ ਔਰ ਕਈ ਜਿਹੜੇ ਲੋਕ ਹੈ ਉਹ ਨਾਲ ਫੋਟੋਆਂ ਲੈ ਰਹੇ ਨੇ, ਸੈਲਫੀਆਂ ਲੈ ਰਹੇ ਨੇ ਇਸ ਸਟੈਚੂ ਦੇ ਨਾਲ, ਜਿਸ ਤਰ੍ਹਾਂ ਦੇ ਨਾਲ ਇਹ ਸਟੈਚੂ ਅਸਲੀ ਨੌਜਵਾਨਾਂ ਦੇ ਜ਼ਰੀਏ ਇਹ ਤਿਆਰ ਕੀਤਾ ਹੋਇਆ, ਮੋਬਾਈਲਾਂ ਦੇ ਨਾਲ ਫੋਟੋ ਇਹ ਖਿੱਚੀ ਜਾ ਰਹੀ ਹੈ। ਇਸ ਤੋਂ ਬਾਅਦ ਮੈਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਹ ਇੱਕ ਤਸਵੀਰ ਨਹੀਂ, ਐਗਜ਼ੀਬਿਸ਼ਨ ਦੇ ਵਿੱਚ ਹੋਰ ਵੀ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਦੇ ਨਾਲ ਲੋਕ ਇੱਥੇ ਫੋਟੋਗ੍ਰਾਫੀ ਕਰ ਰਹੇ ਨੇ। ਇਹ ਪਹਿਲੀ ਵਾਰੀ ਦੇਖਿਆ ਤੁਸੀਂ ਇੱਦਾਂ? ਹਾਂਜੀ, ਅਸੀਂ ਪਹਿਲੀ ਵਾਰ ਦੇਖਿਆ, ਪਹਿਲੇ ਕਦੀ ਇਹ ਦੇਖੀ ਨਹੀਂ। ਨਹੀਂ, ਲੱਗਦਾ ਕੀ ਹੈ ਕਿ ਇਹ ਸਾਰਾ ਬੜੀ ਬਰੀਕੀ ਦੇ ਨਾਲ, ਬੜੀ ਸਫਾਈ ਦੇ ਨਾਲ ਬੈਠੇ? ਹਾਂਜੀ ਹਾਂਜੀ, ਬਿਲਕੁਲ ਬੜੀ ਸਫਾਈ ਨਾਲ ਔਰ ਪੇਸ਼ੈਂਸ ਹੈ, ਪੇਸ਼ੈਂਸ ਦੇ ਨਾਲ ਬੈਠੇ ਨੇ। ਦੇਖੋ, ਦੇਰ ਬੰਦਾ ਬੈਠ ਸਕਦਾ ਕੋਈ ਏਦਾਂ ਮੇਕਅਪ ਕਰਕੇ? ਲੱਗਦਾ ਕੀ ਹੈ, ਬਹੁਤ ਅੱਛਾ ਲੱਗ ਰਿਹਾ, ਸਾਰੀ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਹੈ ਬਹੁਤ ਅੱਛੀ ਲੱਗ ਰਹੀ ਆ। ਸੈਲਫੀ ਲੈ ਰਹੇ ਹੋ, ਸੈਲਫੀ ਲੈ ਕੇ ਫਿਰ ਕਿੱਥੇ ਪਾਓਗੇ? ਲੋਕ ਕਾਫੀ ਲਾਈਕ ਕਰਦੇ ਨੇ, ਸੋਸ਼ਲ ਮੀਡੀਆ ਦਾ ਜ਼ਮਾਨਾ ਔਰ ਇਹ ਇੱਕ ਤਸਵੀਰ ਦਿਖਾਈ ਹੈ, ਹੁਣ ਮੈਂ ਦੂਜੀ ਤਸਵੀਰ ਦਿਖਾਉਣ ਜਾ ਰਿਹਾ। ਇਹ ਇੱਕ ਤਿੰਨ ਨੌਜਵਾਨ ਨੇ, ਦੋ ਨੌਜਵਾਨ ਹਵਾ 'ਚ ਲਟਕ ਰਹੇ ਨੇ, ਇੱਕ ਨੌਜਵਾਨ ਥੱਲੇ ਬੈਠਾ ਔਰ ਇਹ ਨੌਜਵਾਨ, ਦੋ ਨੌਜਵਾਨਾਂ ਨੂੰ ਐ ਲੱਗਦਾ ਕਿ ਵੇ ਹੱਥ ਦੇ ਵਿੱਚ ਦੋਹੇ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਉੱਪਰ ਚੱਕਿਆ ਹੋਇਆ। ਸੋ ਇਹ ਵੀ ਬੜੀ ਸਫਾਈ ਦੇ ਨਾਲ, ਇਹਦੇ ਥੱਲੇ ਕੋਈ ਸਪੋਰਟ ਨਹੀਂ ਲੱਗਦੀ ਪਰ ਹੱਥ ਨਜ਼ਰ ਜ਼ਰੂਰ ਆ ਰਿਹਾ ਨੌਜਵਾਨ ਦਾ ਔਰ ਇਹ ਵੱਖ ਵੱਖ ਝਾਂਕੀਆਂ ਅਨੋਖੇ ਤਰੀਕੇ ਦੀਆਂ। ਬੜਾ ਔਖਾ ਹੁੰਦਾ ਜਦੋਂ ਇਸ ਤਰ੍ਹਾਂ ਦੇ ਨਾਲ ਚਾਰ ਚਾਰ ਘੰਟੇ ਬੈਠਣਾ ਔਰ ਉੱਪਰ ਤੁਸੀਂ ਦੇਖ ਰਹੇ ਹੋ ਕਿ ਬੜੇ ਆਰਾਮਦਾਇਕ ਤਰੀਕੇ ਦੇ ਨਾਲ, ਇਹ ਲੱਗਦਾ ਕਿ ਕੋਈ ਇਹਨਾਂ ਨੂੰ ਤਕਲੀਫ ਨਹੀਂ ਹੋ ਰਹੀ ਪਰ ਅੰਦਰੋਂ ਜ਼ਰੂਰ ਤਕਲੀਫ ਹੁੰਦੀ ਹੋਏਗੀ ਜਦੋਂ ਇਹ ਐਡੀ ਗਰਮੀ ਦੇ ਵਿੱਚ ਇਸ ਐਗਜ਼ੀਬਿਸ਼ਨ 'ਚ ਬੈਠੇ ਨੇ। ਕਿੱਥੋਂ ਆਏ, ਕਿੱਥੋਂ? ਦਿੱਲੀ। ਦਿੱਲੀ, ਅੱਛਾ, ਕਿੰਨੀ ਐਗਜ਼ੀਬਿਸ਼ਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕਰਤੱਵ ਦਿਖਾਉਂਦੇ ਹੋ? ਕਾਫੀ ਟਾਈਮ ਹੋ ਗਿਆ, ਖੁਦ ਕਾ ਹੀ ਸ਼ੋਅ ਹੈ ਹਮਾਰਾ, ਹਮ ਖੁਦ ਕਾ ਹੀ ਸ਼ੋਅ ਕਰਤੇ ਆਪਣਾ। ਅੱਛਾ, ਇਹ ਰਾਜ ਕੀ ਹੈ? ਯੇ ਇੱਕ ਮੈਜਿਕ ਹੈ, ਯੇ ਹਰ ਕਿਸੀ ਕੋ ਨਹੀਂ ਬਤਾ ਸਕਤੇ। ਅੱਛਾ, ਮੈਜਿਕ, ਜਾਦੂ। ਹਾਂ, ਪਰ ਇਸ ਜਾਦੂ ਦੇ ਵਿੱਚ ਕੁਛ ਤਾਂ ਛੁਪਿਆ ਹੋਊਗਾ। ਹਾਂ, ਚੀਜ਼ ਛੁਪੀ ਹੋਈ ਹੈ, ਕਾਫੀ ਸਫਾਈ ਹੈ। ਹਾਂ ਜੀ, ਕਲਾਕਾਰੀ। ਕਿੰਨੇ ਘੰਟੇ ਤੱਕ ਬੈਠ ਰਹੇ ਹੋ? 3 ਘੰਟੇ ਪ੍ਰੋਪਰ। ਔਖਾ ਨਹੀਂ ਹੁੰਦਾ, ਡਿਫਿਕਲਟ? ਪਾਣੀ ਪਾਸ ਮੇ ਰੱਖਾ ਹੈ, ਸਭ ਕੁਛ ਪਹਿਲੇ ਸੇ ਦੇ ਦੇਤੇ ਹਮ ਲੋਗ। ਕਿਤਨਾ ਪੈਸਾ ਮਿਲਤਾ ਹੈ? ਹਾਂ, ਵੋ ਤੋ ਹਮਾਰਾ ਘਰ ਕਾ ਹੀ ਕਾਮ ਹੈ, ਖੁਦ ਕਾ ਹੀ। ਦਿਹਾੜੀ ਤੋ ਮਿਲਤੀ ਹੋਗੀ, ਕੋਈ ਪੈਸਾ? ਨਹੀਂ, ਅਬ ਤੋ ਘਰ ਕਾ ਕਾਮ ਹੈ ਤੋ ਖੁਦ ਕਾ ਤੋ ਪੈਸਾ ਘਰ ਮੇ ਜਾਤਾ ਸਾਰਾ। ਮੈਂ ਜ਼ਿਆਦਾਤਰ ਨਾ, ਮੈਂ ਵਿਦੇਸ਼ੋ ਮੇ ਯੇ ਤਸਵੀਰੇ ਨਜ਼ਰ ਆਤੀ ਹੈ, ਵਿਦੇਸ਼ੋ ਮੇ ਯੇ ਗੋਰੇ ਜੋ ਹੈ ਵੋ ਸੜਕੋ ਪੇ ਕਰਤੱਵ ਦਿਖਾਤੇ ਹੈ। ਆਜ ਮੈਂ ਪਹਿਲੀ ਵਾਰ ਦੇਖ ਰਹਾ ਹੂੰ ਐਗਜ਼ੀਬਿਸ਼ਨ ਮੇ, ਯੇ ਵਹੀ ਸੇ ਕਨਸੈਪਟ ਲਿਆ? ਨਹੀਂ ਨਹੀਂ, ਯੇ ਤੋ ਇੰਡੀਆ ਮੇ ਵੀ ਅਵੇਲੇਬਲ ਹੈ ਨਾ, ਕਾਫੀ ਆਪ ਹੋਤੇ ਸੋ ਯੇ ਤੋ ਹਮ ਤੋ ਕਾਫੀ ਆਪ ਸੋ ਕਰ। ਪੂਰਾ ਸਟ੍ਰਕਚਰ ਬਣਾਇਆ ਹੁਆ ਹੈ ਯੇ ਪੂਰਾ ਪਾਈਪ ਕਾ ਪਹਿਲੇ ਸੇ? ਯੇ ਤੋ ਇੱਕ ਕਪੜੇ ਡਾਲੇ ਬਸ। ਹਾਂ,
बस ये चीज बताई नहीं जाती है बस ये। क्या नाम क्या आपका? अमन है? अमन। अमन कितने सालों से कर रहे हैं सर? एक दो साल से। डिफिकल्ट नहीं होता ऐसे बैठे रहो चार चार घंटे? होता है थोड़ा बहुत। ऊपर एक नौजवान हो रहा है, मैं कोशिश जरूर करूंगा, मेरे तो काफी लंबा। कैसा लग रहा है ऊपर बैठे हुए? सही है जी है? सही लग रहा है। कितने घंटे से बैठे हो? 3 घंटे हो गए सर। 3 घंटे? अच्छा 3 घंटे तो ऐसे ही बैठे रहते हो? भूखा नहीं होता? सेल्फिया लेंदे नजर आ रहे ने कई नौजवान, फोटो खिंचते नजर आ रहे ने। ਇਹ ਹੁਣ ਦੂਜੀ ਝਾਂਕੀ ਹੈ ਔਰ ਤੀਜੀ ਝਾਂਕੀ ਮੈਂ ਇੱਕ ਹੋਰ ਦਿਖਾਉਂਦਾ। ਇਹਦਾ ਅਮੂਮਨ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਦੇਖੀ ਹੋਏਗੀ, ਵਿਦੇਸ਼ੀ ਧਰਤੀ 'ਤੇ ਅਜਿਹੀਆਂ ਝਾਂਕੀਆਂ ਵੇਖਣ ਨੂੰ ਮਿਲਦੀਆਂ ਨੇ ਜਦੋਂ ਵਿਦੇਸ਼ਾਂ ਦੀ ਸੜਕਾਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਉੱਥੇ ਵੀ ਨੌਜਵਾਨ ਕਰਤੱਵ ਦਿਖਾਉਂਦੇ ਨਜ਼ਰ ਆਉਂਦੇ ਨੇ। ਇੱਕ ਦੇਖੋ ਇਹ ਨੌਜਵਾਨ ਬੈਠਾ ਬਿਨਾਂ ਕੁਰਸੀ ਤੋਂ, ਕੁਰਸੀ ਦੇ ਉੱਤੇ ਲੱਤਾਂ ਨੇ ਔਰ ਥੱਲੇ ਕੁਰਸੀ ਦੋ ਪਾਵੇ ਦੇ ਐਂ ਹੀ ਖਾਲੀ ਨੇ, ਇਹ ਦੇਖੋ ਸੀ, ਔਰ ਦੋ ਪਾਵੇ ਪਿੱਛੇ ਇੱਕ ਬੈਂਚ ਜਿਹਾ ਬਣਾਇਆ ਉਹਦੇ 'ਤੇ ਪਏ ਨੇ। ਕੁਰਸੀ ਕੌਣ ਲੈ ਗਿਆ? ਕੁਰਸੀ ਲੈ ਗਿਆ ਬਗਲ ਵਾਲਾ, ਘਰ ਕੇ ਬਗਲ ਵਾਲਾ ਲੈ ਗਿਆ। ਅਰੇ ਇਹ ਕਿਆ ਬੈਠੇ ਹੋ, ਪ੍ਰੋਬਲਮ ਨਹੀਂ ਆਤੀ, ਡਿਫਿਕਲਟ ਨਹੀਂ ਹੋਤਾ? ਇਹ ਸਟਰਕਚਰ ਅੰਦਰ ਕਿਆ ਲਗਾ? ਕੁਛ ਨਹੀਂ ਲਗਾ ਹੈ। ਇਹ ਬਤਾ ਨਹੀਂ ਰਹੇ, ਮੈਜਿਕ ਹੈ, ਦੂਰ ਸੇ ਲਗ ਰਹਾ ਹੈ, ਪਰ ਮੈਜਿਕ ਕਾ ਥੋੜਾ ਦਿਖਾ, ਬਤਾਓ ਤੋ ਸਹੀ ਕਿਆ ਹੈ? ਕਿਆ ਬਤਾ ਨਹੀਂ ਸਕਤੇ ਹੈ, ਬਤਾ ਨਹੀਂ ਸਕਤੇ ਹੈ। ਕਿਤਨੇ ਕਿਤਨੇ ਘੰਟੇ ਬੈਠਦੇ ਅਸੀਂ? ਤਿੰਨ ਤਿੰਨ ਚਾਰ ਚਾਰ ਘੰਟੇ। ਕਹਾਂ ਸੇ ਹੋ? ਦਿੱਲੀ ਸੇ ਹੋ? ਹਾਂ। ਅੱਛਾ ਕਿਤਨਾ ਪੈਸਾ ਮਿਲਤਾ? ਮੇਰੇ ਕੋ ਨਹੀਂ ਪਤਾ ਮੇਰੇ ਭਾਈ ਕੋ ਦੇ ਦੇਤੇ ਹੈ ਮੈਂ ਕੋ ਨਹੀਂ ਪਤਾ ਮੇਰੇ ਭਾਈ ਕੋ ਦੇ ਦੇਤੇ ਹੈ ਮੇਰੇ ਵਹੀ ਇੱਕ ਕਲਰ ਇਹ ਖਰਾਬ ਨਹੀਂ ਕਰਦਾ ਸਕਿਨ ਕੋ ਨਹੀਂ ਹੈ ਇਹ ਕੋਟ ਹੈ ਪੈਂਟ ਹੈ ਇਹ ਵਿਦੇਸ਼ੋਂ ਮੈਂ ਦੇਖਤਾ ਹੂੰ ਵਿਦੇਸ਼ੋਂ ਮੈਂ
ਇਹ ਜਾਦੂ ਆਖਦੇ ਨੇ, ਜਾਦੂ ਹੈ ਕਹਿੰਦੇ, ਔਰ ਇਹ ਜਾਦੂ ਨਜ਼ਰ ਵੀ ਆ ਰਿਹਾ, ਪਰ ਇਸ ਜਾਦੂ ਦੇ ਪਿੱਛੇ ਕਈ ਰਾਜ ਵੀ ਛੁਪੇ ਹੋਏ ਨੇ। ਕੁਰਸੀ ਹੈ, ਕੁਰਸੀ ਦੇ ਦੋਨੋਂ ਪਾਵੇ ਹਵਾ 'ਚ ਨੇ ਔਰ ਦੋ ਪਾਵੇ ਇੱਕ ਬੈਂਚ 'ਤੇ ਹੈ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲੇ ਤਾਂ ਕੁਰਸੀ ਦੇ ਜਿਹੜੇ ਹਵਾ 'ਚ ਪਾਵੇ ਆ, ਔਰ ਉੱਪਰ ਇਹ ਨੌਜਵਾਨ ਹਵਾ 'ਚ ਉੱਡ ਰਿਹਾ। ਅਗਰ ਅਸਲ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਬੈਠਿਆ ਜਾਵੇ ਤਾਂ ਬੈਠ ਨਹੀਂ ਸਕਦਾ ਕੋਈ ਵੀ ਇਨਸਾਨ, ਪਰ ਇਹ ਜਾਦੂ, ਇਸ ਨੂੰ ਜਾਦੂ ਹੀ ਕਹਾਂਗੇ। ਲੋਕ ਸੈਲਫੀਆਂ ਵੀ ਲੈਂਦੇ ਨੇ ਨਾਲ ਨਾਲ, ਔਰ ਇੱਕ ਵੱਡਾ ਮੈਂ ਤੁਹਾਨੂੰ ਹਾਥੀ ਦਿਖਾਵਾਂਗਾ, ਮਸ਼ੀਨੀ ਹਾਥੀ। ਬੜੇ ਤਰੀਕੇ ਦੇ ਨਾਲ ਇਹ ਐਗਜੀਬਿਸ਼ਨਾਂ ਜਿਹੜੀਆਂ ਨੇ, ਐਗਜੀਬਿਸ਼ਨਾਂ ਦੇ ਵਿੱਚ ਇਹੋ ਜਿਹੀਆਂ ਝਲਕੀਆਂ ਇਹ ਨੌਜਵਾਨ ਚਾਹੇ ਦਿੱਲੀ ਹੈ ਚਾਹੇ ਹੋਰ ਵੀ ਸੂਬੇ ਨੇ ਉੱਥੇ ਦਿਖਾਉਂਦੇ ਰਹੇ ਨੇ। ਪਰ ਅੱਜ ਲੁਧਿਆਣਾ ਦੇ ਵਿੱਚ ਇੱਕ ਐਗਜੀਬਿਸ਼ਨ ਲੱਗੀ ਕਿਸੇ ਕੰਪਨੀ ਵੱਲੋਂ, ਉਸ ਕੰਪਨੀ ਨੇ ਇਹ ਅਰੇਂਜਮੈਂਟ ਕੀਤਾ। ਇਹ ਤੁਸੀਂ ਐਲੀਫੈਂਟ ਦੇਖੋ ਕਿ ਘੱਟੋ ਘੱਟ ਕਿੰਨੇ ਫੁੱਟ ਦਾ ਹੋਊਗਾ, ਤਕਰੀਬਨ 15-16 ਫੁੱਟ ਦਾ ਹੋਊਗਾ, ਉਸ ਤੋਂ ਵੀ ਜ਼ਿਆਦਾ ਹੋਊਗਾ। ਔਰ ਇਹਦੇ ਅੰਦਰ ਕੋਈ ਮਸ਼ੀਨਰੀ ਲੱਗੀ ਹੈ ਜਿਹੜੀ ਹਾਥੀ ਦੀ ਆਵਾਜ਼ ਕਰ ਰਹੀ ਹੈ, ਔਰ ਪੂਰੀ ਤਰ੍ਹਾਂ ਇਹ ਹਾਥੀ ਮਸ਼ੀਨ ਦੇ ਨਾਲ ਚੱਲ ਰਿਹਾ ਲੱਗਦਾ। ਦੇਖੋ ਲੋਕ ਸੈਲਫੀਆਂ ਲੈ ਰਹੇ ਨੇ, ਔਰ ਪੂਰੀ ਤਰ੍ਹਾਂ ਸੰਗਲੀਆਂ ਦੇ ਨਾਲ ਇਹ ਹਾਥੀ ਬੰਨਿਆ ਹੋਇਆ। ਅਸਲੀ ਹਾਥੀ ਨਹੀਂ ਹੈ, ਮਸ਼ੀਨੀ ਹਾਥੀ ਹੈ, ਪਰ ਐਂ ਲੱਗਦਾ ਜਿਵੇਂ ਹੁਣੇ ਹੀ ਇੱਥੇ
ਤੁਰਨ ਲੱਗ ਪਏਗਾ ਅੰਦਰੋਂ ਆਵਾਜ਼ ਆ ਰਹੀ ਹੈ। ਸੋ ਹੋਰ ਵੀ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਜਿਹੜੇ ਨੌਜਵਾਨ ਕਰਤੱਵ ਦਿਖਾ ਰਹੇ ਨੇ ਅਸੀਂ ਉਹ ਵੀ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਅਨੋਖੇ ਤਰੀਕੇ ਦੇ ਨਾਲ ਇਹ ਪੂਰੀ ਐਗਜ਼ੀਬਿਸ਼ਨ ਸਜਾਈ ਗਈ ਹੈ। ਐਗਜ਼ੀਬਿਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜੇ ਅਨੋਖੇ ਢੰਗ ਦੇ ਨਾਲ ਨੌਜਵਾਨ ਕਰਤੱਵ ਦਿਖਾ ਰਹੇ ਨੇ ਔਰ ਇਹ ਤਸਵੀਰਾਂ ਅਸੀਂ ਇਸ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਇਹ ਸਾਨੂੰ ਬੜੀਆਂ ਅਨੋਖੀਆਂ ਤਸਵੀਰਾਂ ਲੱਗੀਆਂ। ਐਂ ਲੱਗਦਾ ਕਿਵੇਂ ਕੋਈ ਇਹਨਾਂ ਨੌਜਵਾਨਾਂ ਦੇ ਵਿੱਚ ਇੱਥੇ ਉਹ ਜਾਦੂ ਦੇ ਤਰੀਕੇ ਦੇ ਨਾਲ ਮੈਜਿਕ ਦੇ ਨਾਲ ਉਹ ਹਵਾ ਦੇ ਵਿੱਚ ਬੈਠੇ ਹੋਏ ਨੇ ਬਿਨਾਂ ਕੁਰਸੀ ਤੋਂ ਔਰ ਕੋਈ ਤਿੰਨ ਨੌਜਵਾਨ ਹਵਾ ਦੇ ਵਿੱਚ ਲਟਕ ਰਹੇ ਨੇ। ਸੋ ਇਹ ਨੌਜਵਾਨ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਇੱਕ ਦਿੱਲੀ ਦੀ ਕੰਪਨੀ ਵੱਲੋਂ ਇਹ ਨੌਜਵਾਨ ਕਰਤੱਵ ਦਿਖਾ ਰਹੇ ਨੇ ਔਰ ਪੰਜ ਪੰਜ ਘੰਟੇ ਦੇ ਕਰੀਬ ਇਹ ਨੌਜਵਾਨ ਇਸੇ ਤਰ੍ਹਾਂ ਹਵਾ ਦੇ ਵਿੱਚ ਹੀ ਸਟੈਚੂ ਦੀ ਸ਼ਕਲ ਦੇ ਵਿੱਚ ਇਸੇ ਤਰ੍ਹਾਂ ਬੈਠੇ ਰਹਿੰਦੇ ਨੇ। ਸੋ ਤੁਹਾਨੂੰ ਇਹ ਤਸਵੀਰਾਂ ਜੇ ਪਸੰਦ ਆਈਆਂ ਤਾਂ ਜ਼ਰੂਰ ਲਾਈਕ ਕਰਨਾ, ਜ਼ਰੂਰ ਕਮੈਂਟ ਦੇਣਾ। ਮੈਂ ਆਪਣੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਇਜਾਜ਼ਤ ਚਾਹੁੰਦਾ, ਧੰਨਵਾਦ।